ਤੁਸੀਂ ਭਾਵੇਂ ਚਰੀ ਬੀਜੀਏ ਜਵਾਰ ਬੀਜੀਏ ਬਾਜਰਾ ਬੀਜੇ ਜਾਂ ਫਿਰ ਮੱਕਈ ਬੀਜੀਏ 4 ਪੌਂਡ ਦੇ ਲਈ ਜਿੰਨੂੰ ਮੱਕੀ ਕਹਿ ਦਿੱਤਾ ਜਾਂਦਾ ਮਾਲਵੇ ਵਾਲੇ ਬੰਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇਹਨਾਂ ਦਿਨਾਂ 'ਚ ਜਦੋਂ ਮੌਸਮ ਖੁਸ਼ਕ ਹੁੰਦਾ ਹੈ ਤਾਂ ਇੱਕ ਸਭ ਤੋਂ ਵੱਡੀ ਪ੍ਰੋਬਲਮ ਆਣ ਕੇ ਖਲੋ ਜਾਂਦੀ ਏ ਗੋਭ ਦੀ ਸੁੰਡੀ ਸੁੰਡੀ ਮੱਕਈ ਨੂੰ ਤਾਂ ਵਧਣੀ ਨਹੀਂ ਦਿੰਦੀ ਜਿੰਨੇ ਕ ਪੱਤੇ ਵੱਧਦੇ ਨੇ ਉਹਦੇ ਨਾਲੋਂ ਜ਼ਿਆਦਾ ਖਾ ਜਾਂਦੀ ਏ ਤੇ ਜੇਕਰ ਆਪਾਂ ਸਹੀ ਸਮੇਂ ਤੇ ਬਿਲਕੁਲ ਪਰਫੈਕਟ ਦੇਦੀ ਰੋਗ ਥਾਮ ਨਹੀਂ ਕਰਦੇ ਤਾਂ ਆਪਣੇ ਪੱਠੇ ਜੜੇ ਨੇ ਚਾਰੇ ਭਾਵੇਂ ਤੁਸੀਂ 4 ਪੌਂਡਾਂ ਜਦ ਵੱਢ ਕੇ ਉਦਾਂ ਪਾਉਣੇ ਨੇ ਉਹ ਕਿਸੇ ਕੰਮ ਦੇ ਰਹਿਣ ਹੀ ਨਹੀਂ ਦਿੰਦੀ ਇਹ ਜਿਹੜੀ ਸੁੰਡੀ ਆ ਸਪਰਿਆਂ ਜਿੰਨੀਆਂ ਮਰਜ਼ੀ ਤੁਸੀਂ ਕਰੀ ਜਾਓ ਕਿਉਂਕਿ ਸਪਰਿਆਂ ਤਾਂ ਬੜੀਆਂ ਜ਼ਿਆਦੀਆਂ ਨੇ ਮਾਰਕੀਟ ਦੇ ਵਿੱਚ ਦੋ ਵੱਡੀਆਂ ਗਲਤੀਆਂ ਸਭ ਤੋਂ ਜ਼ਿਆਦੀਆਂ ਜ਼ਿੰਮੇਦਾਰ ਇਹਨਾਂ ਦਿਨਾਂ ਦੇ ਵਿੱਚ ਕਰੀ ਜਾਂਦੇ ਨੇ ਜਿਨ੍ਹਾਂ ਦੇ ਅਣਜਾਮ ਆਪਾਂ ਨੂੰ ਬੜੇ ਭਿਆਨਕ ਵੀ ਵੇਖਣ ਨੂੰ ਮਿਲ ਸਕਦੇ ਨੇ ਪਹਿਲੇ ਨੰਬਰ ਤੇ ਤਾਂ ਇਹ ਗਲਤੀ ਏ ਕਿ ਗਲਤ ਸਪਰਿਆਂ ਦੀ ਵਰਤੋਂ ਕਰਨਾ ਜਿਹਦੇ ਨਾਲ ਸੁੰਡੀ ਵੀ ਨਹੀਂ ਮਰਦੀ ਤੇ ਉਹ ਜਿਹੀਆਂ ਸਪਰਿਆਂ ਦੀ ਵਰਤੋਂ ਕਰਨਾ ਜਿਹੜੀਆਂ ਤਿੰਨ ਤਿੰਨ ਮਹੀਨੇ ਮਕਈ ਦੇ ਵਿੱਚ ਰਹਿੰਦੀਆਂ ਨੇ ਜਿਨ੍ਹਾਂ ਦੇ ਨਾਲ ਸੁੰਡੀਦਨ ਤੁਹਾਡੀ ਪਤਾ ਨਹੀਂ ਮਰਨੀ ਹੈ ਜਾਂ ਨਹੀਂ ਮਰਨੀ ਜੇਕਰ ਪਸ਼ੂਆਂ ਨੇ ਤੁਹਾਡਾ ਉਹ ਚਾਰਾ ਖਾ ਲਿਆ ਤਾਂ ਇਹੋ ਜੀਆਂ ਸਪਰੇਆਂ ਵਾਲਾ ਚਾਰਾ ਖਾਣ ਦੇ ਨਾਲ ਜਾਂ ਚਾਰ ਖਾਣ ਦੇ ਨਾਲ ਪਿਛਲੇ ਸਾਲ ਬੜੇ ਜ਼ਿਆਦੇ ਪਸ਼ੂਆਂ ਜਿਹੜੇ ਆ ਨੁਕਸਾਨੇ ਗਏ ਸੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਬਿਲਕੁਲ ਸਹੀ ਤਰੀਕੇ ਕੀ ਨੇ ਕੁਝ ਦੇਸੀ ਫਾਰਮੂਲੇ ਜਿਹੜੇ ਆਪਾਂ ਨਾਲ ਵਰਤਣੇ ਨੇ ਸੁੰਡੀ ਨੂੰ ਮਾਰਨ ਦੇ ਵਾਸਤੇ ਕੋਈ ਤੁਹਾਨੂੰ ਜ਼ਿਆਦੀਆਂ ਖਤਰਨਾਕ ਸਪਰੇਆਂ ਕਰਨ ਦੀ ਲੋੜ ਨਹੀਂ ਕੀ ਬੜੇ ਸੌਖੇ ਢੰਗ ਦੇ ਨਾਲ ਆਪਾਂ ਇਸ ਸੁੰਡੀ ਨੂੰ ਬਿਲਕੁਲ ਸਸਤੇ ਦੇ ਵਿੱਚ ਮਾਰ ਸਕਦੇ ਆ ਵੀਡੀਓ ਨੂੰ ਜਰੂਰ ਅੰਤ ਤੱਕ ਦੇਖਣਾ ਤੇ ਜਿਹੜੇ ਕਿਸਾਨਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰਕੇ ਨਾਲ ਬੈਲ ਜਿਹੜੀ ਈਕ ਨੂੰ ਕਿਰਪਾ ਕਰਕੇ ਦਬਾ ਲਓ ਬੜੇ ਜ਼ਿਆਦੇ ਕਿਸਾਨ ਹੁਣ ਉਹਨਾਂ ਨੂੰ ਆਪਾਂ ਅਣਪੋਲ ਕਹਿ ਦਈਏ ਜਾਂ ਫਿਰ ਪਤਾ ਨਹੀਂ ਕੀ ਉਹਨਾਂ ਨੂੰ ਆਖੀਏ ਜਾ ਕੇ ਦੁਕਾਨਦਾਰ ਨੂੰ ਕਹਿ ਦਿੰਦੇ ਆ ਕਿ ਸਾਨੂੰ ਫਲਾਣੀ ਸਪਰੇਅ ਦਿਓ ਜਿਹੜੀ ਮਿੰਟੋ ਮਿੰਟ ਸੁੰਡੀ ਨੂੰ ਮਾਰ ਦਵੇ ਮਕਈ ਦੇ ਵਿੱਚੋਂ ਜਿਹੜੀ ਮਰਜ਼ੀ ਹੋਵੇ ਅਸੀਂ ਉਹੋ ਹੀ ਕਰਨ ਨੂੰ ਤਿਆਰ ਆਂ ਮੈਂ ਤੁਹਾਨੂੰ ਦੱਸ ਦਵਾਂ ਇਹੋ ਜੀਆਂ ਸੁਪਰੀਆਂ ਕਰਕੇ ਉਹਦਾ ਚਾਰਾ ਪਸ਼ੂਆਂ ਨੂੰ ਪਾਉਣ ਦੇ ਨਾਲੋਂ ਜਾਂ ਫਿਰ ਉਹਦਾ ਚਾਰ ਜਿਹੜਾ ਪਾ ਕੇ ਆਪਾਂ ਪਸ਼ੂਆਂ ਨੂੰ ਪਾਉਣਾ ਹੈ ਉਹਦੇ ਨਾਲੋਂ ਆਪਾਂ ਉਦਾਂ ਹੀ ਉਹਨਾਂ ਨੂੰ ਕੋਈ ਟੀਕਾ ਲਾ ਕੇ ਮਾਰ ਦਈਏ ਤਾਂ ਜ਼ਿਆਦਾ ਵਧੀਆ ਗੱਲ ਹੋਵੇਗੀ ਇਹੋ ਜੇ ਜ਼ਹਿਰ ਖਾਣ ਦੇ ਨਾਲ ਉਹਨਾਂ ਨੇ ਤੜਫ ਤੜਫ ਕੇ ਹੌਲੀ ਹੌਲੀ ਮਰਨਾ ਹੈ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਣਾ ਕਿ ਇਹਨਾਂ ਨੂੰ ਹੋਇਆ ਕੀ ਹੈ ਕਿਉਂਕਿ ਸਪਰੇਅ ਤਾਂ ਤੁਸੀਂ 2 2.5 ਮਹੀਨੇ ਪਹਿਲਾਂ ਕੀਤੀ ਸੀ ਉਹਦਾ ਅਸਰ ਆਪਾਂ ਨੂੰ ਬਾਅਦ ਚੋਂ ਦੀ ਪਤਾ ਲੱਗਣਾ ਹੈ ਕਾਰਨ ਆਪਾਂ ਲੱਭਣਾ ਹੀ ਨਹੀਂ ਗਾ ਕਿ ਹੋਇਆ ਕੀ ਸੀ ਕਿਹੜੀਆਂ-ਕਿਹੜੀਆਂ ਸਪਰੇਅਾਂ ਜ਼ਿਆਦਾ ਦੀਆਂ ਮੰਗੀਆਂ ਜਾਂਦੀਆਂ ਨੇ ਦੁਕਾਨਦਾਰਾਂ ਦੇ ਕੋਲੋਂ ਕਿਹੜੀਆਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਸਭ ਤੋਂ ਪਹਿਲੇ ਨੰਬਰ ਤੇ ਬਾਈਫੈਂਥ੍ਰੀਨ ਲੈਂਡਾ ਸਾਈ ਹੈਲਥ੍ਰੀਨ ਜਾਂ ਫਿਰ ਐਸੀਫੇਟ ਮੋਨੋਪ੍ਰੋਫੋਸਫੇਟ ਇਹ ਜਿਹੜੀਆਂ ਸਪਰੇਅਾਂ ਨੇ ਤਿੰਨ-ਤਿੰਨ ਮਹੀਨੇ ਅੱਕ ਮਕਈ ਦੇ ਵਿੱਚ ਅਸਰ ਰੱਖਦੀਆਂ ਨੇ ਤੁਸੀਂ ਜਾ ਕੇ ਕਹਿ ਦਿੰਦੇ ਹੋ ਜੀ ਮੋਨੋ ਦੇ ਦਿਓ ਪਰ ਇਹ ਜਿਹੜੀ ਮੋਨੋ ਐ ਇਹਦੇ ਅਸਰ ਤੁਹਾਨੂੰ ਇੰਨੇ ਕਿ ਜ਼ਿਆਦਾ ਖਤਰਨਾਕ ਵੇਖਣ ਨੂੰ ਮਿਲਣਗੇ ਪਸ਼ੂਆਂ ਦਾ ਵੱਡੇ ਲੈਵਲ ਤੇ ਨੁਕਸਾਨ ਹੋ ਸਕਦਾ ਹੈ ਇਹਨਾਂ ਸਪਰੇਆਂ ਦੇ ਨਾਲ ਜੇਕਰ ਤੁਸੀਂ ਕੈਮੀਕਲ ਤਰੀਕਾ ਵਰਤਣਾ ਹੀ ਚਾਹੁੰਦੇ ਹੋ ਸਪਰੇ ਜੇਕਰ ਸੁੰਡੀ ਤੁਹਾਡੀ ਮਕਈ ਦੇ ਵਿੱਚ ਜ਼ਿਆਦਾ ਵੱਧ ਚੁੱਕੀ ਹੈ ਤਾਂ ਡਿਲੀਗੇਟ ਕਰ ਸਕਦੇ ਹੋ 100 ਲੀਟਰ ਪਾਣੀ ਦੇ ਨਾਲ 100 ਐਮਐਲ ਇਹਦੇ ਤੋਂ ਬਾਅਦ ਐਮਐਮ ਐਕੂਏਟ ਬੈਂਜੂਏਟ ਲਿਕਵਿਡ ਜਿਹੜੀ ਪ੍ਰੋਕਲੇਮ ਆਉਂਦੀ ਏ ਉਹ ਵੀ ਤੁਸੀਂ 200 ਐਮਐਲ 1 ਕਿੱਲੇ ਦੇ ਵਿੱਚ ਕਰ ਸਕਦੇ ਹੋ ਡੇਢ 100 ਲੀਟਰ ਪਾਣੀ ਜਿਹੜਾ ਘੱਟੋ ਘੱਟ ਲਾਉਣਾ ਹੈ ਡੈਲਟਾ M3 ਨੂੰ ਵੀ ਤੁਸੀਂ 2 ਐਮਲ ਪ੍ਰਤੀ ਲੀਟਰ ਪਾਣੀ ਦੇ ਨਾਲ ਕਰ ਸਕਦੇ ਹੋ ਜਾਨੀ ਕਿ ਜੇਕਰ ਤੁਸੀਂ 150 ਲੀਟਰ ਪਾਣੀ ਘੱਟ ਤੋਂ ਘੱਟ ਕਿੱਲੇ ਦੇ ਵਿੱਚ ਲਾਉਂਦੇ ਹੋ ਤਾਂ ਤੁਸੀਂ 200 ਕੋ ਐਮਲ ਇਹ ਜਿਹੜੀ ਸਪਰੇਅ ਆ ਕਿੱਲੇ ਦੇ ਵਿੱਚ ਕਰਨੀ ਹੈ ਪਰ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਸਾਡੇ ਵਾਲਾ ਇੱਕ ਨੁਕਤਾ ਵਰਤਣਾ ਹੈ ਇਨੂੰ ਵਰਤਨ ਦੇ ਨਾਲ ਇਹ ਜਿਹੜੀ ਸਪਰੇਅ ਤੁਸੀਂ ਕੋਈ ਵੀ ਕਰਨੀ ਹੋਵੇ ਇਹਨਾਂ ਦੇ ਨਾਲ 30 ਤੋਂ 35 ਐਮਐਲ ਇੱਕ ਕਿੱਲੇ ਦੇ ਵਿੱਚ ਸ਼ੈਂਪੂ ਆਪਾਂ ਕਿਸੇ ਵੀ ਕੰਪਨੀ ਦਾ ਹੋਵੇ ਕੋਈ ਇਹਦੇ ਨਾਲ ਲੈਣ ਦੇ ਨਹੀਂਗਾ ਕੋਈ ਵੀ ਸ਼ੈਂਪੂ ਲੈਣਾ ਹੈ 30 ਤੋਂ 35 ਐਮਐਲ ਇੱਕ ਕਿੱਲੇ ਦੇ ਹਿਸਾਬ ਦੇ ਨਾਲ ਕੋਈ ਵੀ ਤੁਸੀਂ ਸਪਰੇਅ ਕਰਨੀ ਹੈ ਉਹਦੇ ਨਾਲ ਸ਼ੈਂਪੂ ਮਿਲਾ ਕੇ ਸਪਰੇਅ ਕਰ ਦਿਓ ਤੁਹਾਨੂੰ ਇੰਨੇ ਕੋ ਜਿਆਦਾ ਵਧੀਆ ਰਿਜ਼ਲਟ ਵੇਖਣ ਨੂੰ ਮਿਲਣਗੇ ਸਪਰੇ ਦੀ ਡੋਜ਼ ਜੇਕਰ ਤੁਸੀਂ ਘੱਟ ਵੀ ਪਾ ਲਓਗੇ ਤਾਂ ਵੀ ਤੁਹਾਡੇ ਜ਼ਮੀਨ ਦੇ ਵਿੱਚੋਂ ਸੁੰਡੀ ਜਿਹੜੀ ਤੁਹਾਨੂੰ ਨਜ਼ਰ ਨਹੀਂ ਆਉਗੀ ਬੜੇ ਥੋੜੇ ਦਿਨਾਂ ਦੇ ਵਿੱਚ ਸ਼ੈਂਪੂ ਕੱਲਾ ਵੀ ਅਸਰ ਕਰ ਦਿੰਦਾ ਹੈ ਪਰ ਮੱਕਈ ਦੀ ਸੁੰਡੀ ਜਿਹੜੀ ਇਹ ਜ਼ਿਆਦਾ ਚੀੜੀ ਹੁੰਦੀ ਹੈ ਗੋਭ ਦੇ ਵਿੱਚ ਹੁੰਦੀ ਹੈ ਤਾਂ ਇਹਦੇ ਨਾਲ ਜੇਕਰ ਆਪਾਂ ਮਲਾ ਕੇ ਸਪਰੇਅ ਕਰਦੇ ਆ ਕੈਮੀਕਲ ਦੇ ਨਾਲ ਤੇ ਤੁਹਾਨੂੰ ਬੈਸਟ ਰਿਜ਼ਲਟ ਜਿਹੜੇ ਵੇਖਣ ਨੂੰ ਮਿਲਦੇ ਨੇ ਅਸੀਂ ਇਹ ਫਾਰਮੂਲਾ ਬੜੇ ਚਿਰ ਤੋਂ ਵਰਤਦੇ ਆ ਸਬਜ਼ੀਆਂ ਦੇ ਉੱਤੇ ਵੀ ਵਰਤਿਆ ਜਾਂਦਾ ਹੈ ਹੋਰ ਬਹੁਤ ਸਾਰੀਆਂ ਫਸਲਾਂ ਦੇ ਉੱਤੇ ਅਸੀਂ ਵਰਤ ਵਰਤ ਕੇ ਜਿਹੜੀ ਚੀਜ਼ ਵੇਖੀਏ ਤੁਹਾਨੂੰ ਇਹਦੇ ਤੋਂ ਬੜੇ ਜ਼ਿਆਦਾ ਵਧੀਆ ਰਿਜ਼ਲਟ ਵੇਖਣ ਨੂੰ ਮਿਲਣਗੇ ਜਿਕਰ ਤੁਸੀਂ ਸਵੇਰ ਦੇ ਸਮੇਂ ਸਪਰੇਅ ਕਰ ਦਿਓ ਹਮੇਸ਼ਾ ਧਿਆਨ ਰੱਖਣਾ ਹੈ ਜਦੋਂ ਵੀ ਆਪਾਂ ਸਪਰੇਅ ਕਰਨੀ ਹੈ ਕੋਈ ਵੀ ਮਕਈ ਦੇ ਉੱਤੇ ਪੱਠਿਆਂ ਦੇ ਉੱਤੇ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਕਰਨੀ ਹੈ ਜਾਂ ਫਿਰ ਟਿੱਕੀ ਛਿਪਣ ਤੋਂ ਬਾਅਦ ਦੇ ਵਿੱਚ ਸਪਰੇਅ ਕਰਨੀ ਹੈ ਕਦੇ ਵੀ ਜਦੋਂ ਕਿਰਨਾ ਪੈਣ ਲੱਗ ਪੈਣ ਉਦੋਂ ਤੋਂ ਬਾਅਦ ਵਿੱਚ ਆਪਾਂ ਸਪਰੇਅ ਕਰਨ ਦੇ ਲਈ ਜ਼ਮੀਨ ਦੇ ਵਿੱਚ ਖੇਤ ਦੇ ਵਿੱਚ ਨਹੀਂ ਵੜਨਾ ਸ਼ੈਂਪੂ ਅਸਲ ਦੇ ਵਿੱਚ ਕਰਦਾ ਕਿ ਇਹ ਕੀਟਨਾਸ਼ਕ ਦਾ ਕੰਮ ਵੀ ਕਰਦਾ ਹੈ ਤੇ ਨਾਲ ਦੀ ਨਾਲ ਸਪਰੇਅ ਨੂੰ ਫਲਾਉਣ ਦਾ ਕੰਮ ਵੀ ਕਰਦਾ ਹੈ ਜਿਹੜੀ ਸੁੰਡੀ ਪੱਤੇ ਖਾਂਦੀ ਹੈ ਰਾਤ ਨੂੰ ਨਿਕਲ ਕੇ ਜਾਂ ਫਿਰ ਸਵੇਰੇ ਉਹ ਸ਼ੈਂਪੂ ਖਾਣ ਦੇ ਨਾਲ ਮਰ ਜਾਂਦੀ ਏ ਤੇ ਸ਼ੈਂਪੂ ਸਪਰੇਅ ਨੂੰ ਜ਼ਿਆਦਾ ਸਪਰੈਡ ਕਰਦਾ ਹੈ ਪੱਤਿਆਂ ਦੇ ਵਿੱਚ ਜਿਹਦੇ ਕਾਰਨ ਸਪਰੇਅ ਸੁੰਡੀ ਤੱਕ ਪਹੁੰਚਦੀ ਏ ਤਣੇ ਦੇ ਵਿੱਚ ਜ਼ਿਆਦਾ ਡੰਗਾਈ ਦੇ ਵਿੱਚ ਜਾਂਦੀ ਏ ਤੇ ਸੁੰਡੀਆਂ ਜੜੀਆਂ ਚੁਣ-ਚੁਣ ਕੇ ਆਪਣੀ ਜ਼ਮੀਨ ਦੇ ਵਿੱਚੋਂ ਆਪਣੇ ਪੱਠਿਆਂ ਦੇ ਵਿੱਚੋਂ ਬਿਲਕੁਲ ਖਤਮ ਹੋ ਜਾਂਦੀਆਂ ਨੇ ਸੋ ਇਹ ਤਰੀਕਾ ਤੁਸੀਂ ਵਰਤ ਸਕਦੇ ਹੋ ਅੜੀ ਤੋਂ ਅੜੀ ਸੁੰਡੀ ਵੀ ਜਿੱਥੇ ਨਹੀਂ ਮਰਦੀ ਉੱਥੇ ਵੀ ਇੱਕ ਆਮ ਸਪਰੇਅ ਦੇ ਨਾਲ ਵੀ ਤੁਸੀਂ ਸ਼ੈਂਪੂ ਪਾ ਦਿਓਗੇ ਤਾਂ ਤੁਹਾਡੀ ਮੱਕੀ ਦੇ ਵਿੱਚੋਂ ਸੁੰਡੀ ਜਿਹੜੀ ਬਿਲਕੁਲ ਦਾ ਸਫਾਇਆ ਹੋ ਜਾਊਗਾ ou ja ਪ੍ਰੋਕਲੇਮ ਜਿਹੜੀ ਦਾਣੇਦਾਰ ਆਉਂਦੀ ਏ ਜਿਹੜੀ ਪ੍ਰੋਕਲੇਮ ਸੇਵੀਆਂ ਵਰਗੀ ਹੁੰਦੀ ਆ ਉਹਦੀ ਸਪਰੇਅ ਕਿਰਪਾ ਕਰਕੇ ਨਾ ਕਰੋ ਤੁਸੀਂ ਸਵੇਰ ਦੇ ਵੇਲੇ ਵੀ ਉਹਦੀ ਸਪਰੇਅ ਨਾ ਕਰੋ ਜਿਆਦਾ ਖੁਸ਼ਕ ਸਪਰੇਅ ਆ ਉਹਦੇ ਨਾਲ ਪੱਤੇ ਸੜਨ ਦੀ ਦਿੱਕਤ ਬੜੀ ਜ਼ਿਆਦਾ ਦੀ ਵੇਖਣ ਨੂੰ ਮਿਲ ਜਾਂਦੀ ਏ ਲਿਕਵਿਡ ਦੇ ਵਿੱਚ ਤੁਸੀਂ ਜਿਹੜਾ ਮੈਂ ਟੈਕਨੀਕਲ ਤੁਹਾਨੂੰ ਦੱਸਿਆ ਏ ਉਹਦੇ ਨਾਲ ਸੇਵੀਆਂ ਵਾਲੀ ਦੇ ਨਾਲ ਪੱਤੇ ਸੜਨ ਦੀ ਝੁਲਸਣ ਦੀ ਦਿੱਕਤ ਜਿਹੜੀ ਤੁਹਾਨੂੰ ਵੇਖਣ ਨੂੰ ਮਿਲ ਸਕਦੀ ਆ ਸਪਰੇਅ ਤਾਂ ਤੁਸੀਂ ਕਰ ਦਿੱਤੀ ਉਹਦੇ ਤੋਂ ਬਾਅਦ ਵਿੱਚ ਰਿਜ਼ਲਟ ਜਿਹੜੇ ਆਪਾਂ ਨੂੰ ਭਿਆਨਕ ਵੇਖਣ ਨੂੰ ਮਿਲ ਸਕਦੇ ਨੇ ਇਹ ਜਿਹੜੀ ਸਪਰੇਅ ਕਾਜ਼ਰ ਕਰਕੇ ਅਮਰੀਕਾ ਦੇ ਵਾਸਤੇ ਆਸਟ੍ਰੇਲੀਆ ਦੇ ਵਾਸਤੇ ਬਣਾਈ ਗਈ ਹੈ ਪਰ ਇਥੇ ਸਿਆਲ ਦੇ ਵਿੱਚ ਆਪਾਂ ਵਰਤ ਸਕਦੇ ਹਾਂ ਗਰਮੀ ਦੇ ਮੌਸਮ ਦੇ ਵਿੱਚ ਵਰਤਣ ਦਾ ਨਾਂ ਤੇ ਇਹਦਾ ਕੋਈ ਫਾਇਦਾ ਹੈ ਨੁਕਸਾਨ ਇਹਦੇ ਆਪਾਂ ਨੂੰ ਬੜੇ ਜ਼ਿਆਦੇ ਭਿਆਨਕ ਜਿਹੜੇ ਉਹ ਵੇਖਣ ਨੂੰ ਮਿਲ ਜਾਣਗੇ ਲਿਕਵਿਡ ਵਾਲੀ ਜਿਹੜੀ ਪ੍ਰੋਕਲਮ ਹੈ ਜਾਨਕੀ ਐਮਾ ਮੈਕੂਇਟ ਬੈਂਜੂਇਟ ਜਿਹੜਾ ਟੈਕਨੀਕਲ ਹੈ ਉਹਦੇ ਸਭ ਤੋਂ ਵਧੀਆ ਰਿਜ਼ਲਟ ਇਹਨਾਂ ਦਿਨਾਂ ਦੇ ਵਿੱਚ ਵੇਖਣ ਨੂੰ ਮਿਲ ਜਾਂਦੇ ਨੇ ਜੇਕਰ 200 ml ਉਹਦੀ ਤੁਸੀਂ ਡੋਜ਼ ਪਾਉਂਦੇ ਹੋ 150 ਲੀਟਰ ਤੋਂ ਜ਼ਿਆਦਾ ਪਾਣੀ ਲਾਉਂਦੇ ਹੋ ਤਾਂ 30 ਤੋਂ 35 ਲੀਟਰ ਨਾਲ ਸ਼ੈਂਪੂ 1 ਕਿੱਲੇ ਦੇ ਵਿੱਚ ਪਾਉਂਦੇ ਹੋ ਤਾਂ ਤੁਹਾਡੀ ਜ਼ਮੀਨ ਦੇ ਵਿੱਚ ਸੁੰਡੀ ਕਦੇ ਲਾਗੇ ਵੀ ਨਹੀਂ ਆਉਗੀ ਜਿੰਨੀ ਵੀ ਸੁੰਡੀਆਂ ਸਾਰੀ ਦੀ ਸਾਰੀ ਸਮਾਪਤ ਹੋ ਜਾਊਗੀ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਕਿਰਪਾ ਕਰਕੇ ਜ਼ਰੂਰ ਜਨਨਾ ਕਿ ਤੁਹਾਡੇ ਕੋਲੋਂ ਹੋ ਸਕੇ ਸ਼ੇਅਰ ਲਾਜ਼ਮੀ ਕਰਿਓ ਜੇ ਵੇਖਣ ਲਈ ਤੇ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬੜਾ ਜ਼ਿਆਦਾ ਬਹੁਤ ਬਹੁਤ ਧੰਨਵਾਦ